ਸੰਗਰੂਰ ਦੇ ਲੌਂਗੋਵਾਲ ਹਾਦਸੇ ਤੋਂ ਬਾਅਦ ਵੀ ਨਾ ਤੇ ਪ੍ਰਸ਼ਾਸਨ ਜਾਗਿਆ ਅਤੇ ਨਾ ਹੀ ਉਸ ਹਾਦਸੇ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਦੇ ਮਾਲਕ ਜਾਗੇ। ਜੇ ਜਾਗੇ ਹੁੰਦੇ ਤਾਂ ਬੀਤੇ ਦਿਨ ਇਹ ਹਾਦਸਾ ਨਾ ਹੁੰਦਾ। ਖਰੜ ਨੇੜੇ ਪਿੰਡ ਮੱਛਲੀ ਕਲਾਂ ਵਿੱਚ ਅਕਾਲ ਅਕੈਡਮੀ ਚੁੰਨੀ ਕਲਾਂ ਦੀ ਸਕੂਲ ਬੱਸ ਖੇਤਾਂ ਵਿੱਚ ਪਲਟ ਜਾਣ ਦੀ ਖਬਰ ਮਿਲੀ ਹੈ। ਇਸ ਹਾਦਸੇ ਦੌਰਾਨ ਬੱਸ ਵਿੱਚ 27 ਦੇ ਕਰੀਬ ਬੱਚੇ ਸਵਾਰ ਸੀ, ਜਿਹੜੇ ਕਿ ਵਾਲ-ਵਾਲ ਬਚ ਗਏ। ਬੱਚਿਆਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿੱਚ ਜ਼ਖਮੀ ਬੱਚਿਆਂ ਵਿੱਚੋਂ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਸਕੂਲੀ ਬੱਸ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ SDM ਖਰੜ ਸ਼੍ਰੀ ਹਿਮਾਂਸ਼ੂ ਜੈਨ ਨੇ ਕਿਹਾ, ਓਵਰ ਸਪੀਡ ਦੇ ਲੋੜੀਂਦੇ ਦਸਤਾਵੇਜ਼ ਤੋਂ ਬਗੈਰ ਚਲਾਈ ਜਾ ਰਹੀ ਸਕੂਲੀ ਬੱਸਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਕਬਜ਼ੇ ਵਿੱਚ ਵੀ ਲਿਆ ਜਾਵੇਗਾ। SDM ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਡਰਾਈਵਰ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ, ਜੋ ਕਿ ਬਿਨਾਂ ਦਸਤਾਵੇਜ਼ ਤੋਂ ਬੜੀ ਹੀ ਤੇਜ਼ ਰਫ਼ਤਾਰ ਨਾਲ ਬੱਸ ਨੂੰ ਚਲਾ ਰਿਹਾ ਸੀ। ਉਹਦੇ ਵਾਸਤੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਪਹਿਲੀ ਤਿੰਨ ਚੀਜ਼ ਅਸੀਂ ਕਰ ਰਹੇ ਹਾਂ। ਪਹਿਲਾਂ ਤਾਂ ਡਰਾਈਵਰ ਦੇ ਉੱਤੇ ਐਕਸ਼ਨ ਲਿੱਤਾ ਜਾ ਰਿਹਾ, ਜਿਹਨਾਂ ਜੋ ਰੈਸ਼ ਡਰਾਈਵਿੰਗ ਕਰਿਆ ਸੀਗਾ, ਓਵਰ ਸਪੀਡਿੰਗ ਸੀਗੀ, ਨਾ ਉਹਦੇ ਕੋਲ ਵੈਲਿਡ ਲਾਇਸੈਂਸ ਸੀਗਾ। ਦੂਜਾ ਜਿਹੜੀ ਹੈ ਉਹ ਬੱਸ ਸਕੂਲ ਵਾਹਨ ਸੇਫ ਸਕੂਲ ਵਾਹਨ ਜਿਹੜੀ ਸਾਡੀ ਸਰਕਾਰ ਦੀ ਪੋਲਿਸੀ ਹੈ ਉਹਨੂੰ ਫੁਲਫਿਲ ਨਹੀਂ ਕਰਦੀ ਹੈ, ਉਹਨੂੰ ਵੀ ਅਸੀਂ ਨੋਟਿਸ ਇਸ਼ੂ ਕੀਤਾ ਹੈ। ਮੋਹਾਲੀ ਵੱਲੋਂ ਵੀ ਕੀਤਾ, SDM ਮੋਹਾਲੀ ਜਿਹੜੇ ਉਹ ਨੋਡਲ ਆਫਿਸਰ ਨੇ, ਉਹਨਾਂ ਨੇ ਨੋਟਿਸ ਇਸ਼ੂ ਕੀਤਾ ਹੈ। ਉਹਦੇ ਵਿੱਚ CCTV ਕੈਮਰਾ ਰੇਅਰ ਫਰੰਟ 'ਤੇ ਨਹੀਂ ਸੀਗਾ, ਫਸਟ ਏਡ ਬੋਕਸ ਨਹੀਂ ਸੀਗਾ, ਲੇਡੀ ਅਟੈਂਡੈਂਟ ਨਹੀਂ ਸੀਗੀ। ਅਤੇ ਨਾਲ ਦੀ ਨਾਲ ਅਸੀਂ ਜੋ ਸਕੂਲ ਮੈਨੇਜਮੈਂਟ ਹੈ ਉਹਨਾਂ ਨੂੰ ਵੀ ਨੋਟਿਸ ਇਸ਼ੂ ਕਰਕੇ ਉੱਥੇ ਬੁਲਾਇਆ, ਉਹਨਾਂ ਦੇ ਬਿਆਨ ਸਾਰੇ ਦੇ ਬਿਆਨ ਲਿੱਤੇ ਜਾ ਰਹੇ ਅਤੇ ਉਹਨਾਂ ਦੀ ਸਾਰੀ ਬੱਸਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜਿਹੜੇ ਆਸ ਪਾਸ ਦੇ ਲੋਕ ਹੈ ਉਹਨਾਂ ਦੀ ਵੀ ਪੁੱਛਤਾਛ ਕੀਤੀ ਜਾ ਰਹੀ ਹੈ। ਜੇਕਰ ਉਹਨਾਂ ਦੀ ਨੌਲੇਜ ਦੇ ਵਿੱਚ ਇਹੋ ਜਿਹੀ ਕੋਈ ਬੱਸ ਹੈ ਜਾਂ ਕੋਈ ਇੰਸਟੀਟਿਊਸ਼ਨ ਹੈ ਜੋ ਇੱਦਾਂ ਦੀ ਬੱਸਿਸ ਚਲਾ ਰਹੇ ਹੈ ਜਿਨ੍ਹਾਂ ਦੇ ਵਿੱਚ ਸੇਫਟੀ ਦਾ ਕੋਈ ਨਾ ਕੋਈ ਹਾਦਸਾ ਹੋ ਸਕਦਾ ਹੈ, ਤਾਂ ਅਸੀਂ ਉਹਨਾਂ ਦੀ ਵੀ ਚੈਕਿੰਗ ਕਰ ਰਹੇ ਹਾਂ। ਸਰ, ਖਰੜ ਤੋਂ ਡੈਵਿਡ ਵਰਮਾ, ਜੀਵੇ ਪੰਜਾਬ TV।